ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤਿਉਹਾਰਾਂ ਦੇ ਨੇੜੇ ਆਉਣ ਕਾਰਨ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰਕੇ ਖਾਣ ਪੀਣ ਦੀਆਂ ਚੀਜ਼ਾਂ ਦੇ ਸੈਂਪਲ ਭਰੇ ਜਾ ਰਹੇ ਨੇ। ਇਸੇ ਤਹਿਤ ਅੱਜ ਮੋਗਾ ਦੇ ਅਕਾਲਸਰ ਰੋਡ ਉੱਤੇ ਸਥਿਤ ਅਮਨ ਟ੍ਰੇਡਿੰਗ ਕੰਪਨੀ ਦੇ ਗੋਦਾਮ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ, ਜਿੱਥੇ ਭਾਰੀ ਮਾਤਰਾ ਵਿੱਚ ਰਿਫਾਈਨ ਤੇਲ ਅਤੇ ਮਸਟਰਡ ਤੇਲ ਦੀ ਜਾਂਚ ਕੀਤੀ ਗਈ ਅਤੇ ਸੈਂਪਲ ਭਰੇ ਗਏ ਨੇ। ਜਾਣਕਾਰੀ ਦਿੰਦਿਆਂ ਫੂਡ ਸੇਫਟੀ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਗੋਦਾਮ ਵਿੱਚੋਂ ਭਾਰੀ ਮਾਤਰਾ ਵਿੱਚ ਐਕਸਪਾਇਰ ਹੋਇਆ ਤੇਲ, ਜਿਸ ਦੀ ਮੁਨਿਆਦ ਪਿਛਲੇ ਸਾਲ ਤੱਕ ਸੀ, ਉਸ ਨੂੰ ਅਧਿਕਾਰੀਆਂ ਵੱਲੋਂ ਸੁਟਵਾਇਆ ਜਾਵੇਗਾ ਅਤੇ ਬਹੁਤ ਸਾਰੇ ਤੇਲ ਵਿੱਚ ਮਿੱਟੀ ਦੀ ਭਾਰੀ ਮਾਤਰਾ ਵੀ ਪਾਈ ਗਈ ਹੈ, ਜਿਸ ਵਿੱਚੋਂ ਕਾਫੀ ਤੇਲ ਚੋ ਵੀ ਰਿਹਾ ਸੀ। ਫਿਲਹਾਲ ਟੀਮ ਵੱਲੋਂ ਤੇਲ ਦੇ ਸੈਂਪਲ ਭਰ ਲਏ ਗਏ ਨੇ ਅਤੇ ਉਹਨਾਂ ਦੀ ਜਾਂਚ ਕਰਵਾ ਕੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਅੱਜ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜੋ ਕਿ ਸ਼੍ਰੀ ਮਾਨ ਸਿੰਘ ਬੱਚੂ ਜੀ ਫੂਡ ਸੇਫਟੀ ਕਮਿਸ਼ਨਰ ਨੇ ਚਲਾਈ ਹੋਈ ਹੈ ਪੂਰੇ ਪੰਜਾਬ ਦੇ ਵਿੱਚ, ਉਸਦੇ ਤਹਿਤ ਅੱਜ ਮਸਟਰਡ ਆਇਲ ਅਤੇ ਐਡੀਬਲ ਆਇਲਸ ਦੇ ਗੋਦਾਮ ਦੀ ਚੈਕਿੰਗ ਕੀਤੀ ਗਈ, ਜੋ ਕਿ ਮੋਗਾ ਦੇ ਵਿੱਚ ਅਮਨ ਟ੍ਰੇਡਿੰਗ ਕੰਪਨੀ ਹੈ ਅਕਾਲਸਰ ਰੋਡ ਦੀ। ਉਹਦਾ ਉੱਥੇ ਗੋਦਾਮ ਦੀ ਅਸੀਂ ਇੰਸਪੈਕਸ਼ਨ ਕੀਤੀ ਅਤੇ ਇੰਸਪੈਕਸ਼ਨ ਦੌਰਾਨ ਪਾਇਆ ਗਿਆ ਬਹੁਤ ਲਾਰਜ ਕੁਆਂਟਿਟੀ ਦੇ ਵਿੱਚ ਜਿਹੜਾ ਐਡੀਬਲ ਆਇਲ ਸੀ, ਮਸਟਰਡ ਆਇਲ ਸੀ, ਅਲੱਗ ਅਲੱਗ ਕੰਪਨੀਆਂ ਦਾ ਸਟੋਰ ਕੀਤਾ ਹੋਇਆ ਸੀ। ਉਹ ਬਹੁਤ ਹੀ ਅਨਹਾਈਜੀਨਿਕ ਕੰਡੀਸ਼ਨਸ ਦੇ ਵਿੱਚ ਉਹਨੇ ਸਟੋਰ ਕੀਤਾ ਹੋਇਆ ਸੀ, ਜਿਹਦੇ ਵਿੱਚ ਉਹਨੇ ਰੈਡ ਡਰੋਪਿੰਗਸ ਵਗੈਰਾ ਕਾਫੀ ਜ਼ਿਆਦਾ ਸੀ ਅਤੇ ਬਹੁਤ ਹੀ ਜ਼ਿਆਦਾ ਮਿੱਟੀ ਵਗੈਰਾ ਜੰਮੀ ਹੋਈ ਸੀ ਆਇਲ ਦੇ ਉੱਪਰ। ਕਾਫੀ ਸਟੋਕ ਐਕਸਪਾਇਰੀ ਵੀ ਸਾਨੂੰ ਮਿਲਿਆ ਹੈ ਅਤੇ ਜੋ ਵੀ ਸਾਨੂੰ ਲੀਕੇਜ ਜਾਂ ਐਕਸਪਾਇਰੀ ਮਿਲਿਆ ਉਹਨੂੰ ਅਸੀਂ ਡਿਸਟਰੋਏ ਕਰਾਵਾਂਗੇ ਅਤੇ ਬਾਕੀ ਅਸੀਂ ਸੈਂਪਲ। ਕਿੰਨੀ ਕੁਆਂਟਿਟੀ ਹੈ ਮੈਮ? ਕੁਆਂਟਿਟੀ ਅਸੀਂ ਅਜੇ ਐਸਟੀਮੇਟ ਲਗਾਉਂਦੇ ਪਏ ਹੈਗੇ ਹਾਂ, ਕਾਫੀ ਲਾਰਜ ਕੁਆਂਟਿਟੀ ਦੇ ਵਿੱਚ। ਜਿਹੜਾ ਡਿਸਟਰੋਏ ਕਰਵਾ ਰਹੇ ਵੀ ਉਹਦੇ ਵਿੱਚ ਕੀ ਹੈਗਾ ਜੀ? ਡਿਸਟਰੋਏ ਦੇ ਵਿੱਚ ਇੱਕ ਤਾਂ ਐਕਸਪਾਇਰੀ ਸਮਾਨ ਜਿੰਨਾ ਵੀ ਇਹਨਾਂ ਕੋਲ ਪਿਆ ਸੀ ਸਟਾਕ, ਅਤੇ ਪਲੱਸ ਜਿਹੜਾ ਲੀਕੇਜ ਵਾਲਾ ਮਾਲ ਹੈ, ਬਹੁਤ ਅਨਹਾਈਜੀਨਿਕ ਕੰਡੀਸ਼ਨ ਦੇ ਵਿੱਚ ਰੈਡ ਡਰੋਪਿੰਗ ਵਗੈਰਾ ਗਿਰੀਆਂ ਹੋਈਆਂ ਸੀ, ਜੋ ਕਿ ਅਨਸੇਫ ਆਪਾਂ ਕਹਿ ਸਕਦੇ ਹਾਂ ਹਿਊਮਨ ਕੰਜਮਪਸ਼ਨ ਦੇ ਲਈ ਅਨਫਿਟ ਹੈ, ਉਹ ਅਸੀਂ ਡਿਸਟਰੋਏ ਕਰ। ਕਿਹੜੀ ਕਿਹੜੀ ਆਈਟਮ ਐਕਸਪਾਇਰ ਸੀ? ਰਿਫਾਈਨਡ ਆਇਲ ਹੈ ਅਲੱਗ ਅਲੱਗ ਕੰਪਨੀਆਂ ਦਾ, ਮਸਟਰਡ ਆਇਲ ਹੈ ਅਲੱਗ।